ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗ ਅਤੇ ਮੁੰਬਈ ਇੰਡੀਅਨਸ ਦੇ ਵਿਚਾਲੇ ਆਈਪੀਐਲ 2019 ਦਾ ਕੁਆਰਟਰ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਮੁੰਬਈ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮੁੰਬਈ ਹੁਣ ਆਈਪੀਐਲ ਦੇ ਫਾਈਨਲ ਵਿੱਚ ਪੁੱਜ ਗਈ। ਉੱਥੇ ਹੀ ਚੇਨਈ ਨੂੰ ਇੱਕ ਹੋਰ ਮੌਕਾ ਫਾਈਨਲ ਵਿੱਚ ਜਾਣ ਲਈ ਮਿਲੇਗਾ। ਦੱਸ ਦੇਈਏ ਕਿ ਹੈਦਰਾਬਾਦ 8 ਮਈ ਨੂੰ ਦਿੱਲੀ ਦੇ ਖਿਲਾਫ ਐਲੀਮੀਨੇਟਰ ਰਾਊਂਡ ਖੇਡੇਗੀ। ਇਸ ਰਾਊਂਡ ਨੂੰ ਜਿੱਤਣ ਵਾਲੀ ਟੀਮ ਹੀ ਚੇਨਈ ਦੇ ਨਾਲ ਭਿੜੇਗੀ ਅਤੇ ਉਹ ਟੀਮ ਕੋਲ ਵੀ ਫਾਈਨਲ ਵਿੱਚ ਜਾਣ ਦਾ ਮੌਕਾ ਹੋਵੇਗਾ। ਵਿਕਰਮ ਸਹਿਜਪਾਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।